ਮੈਨੂੰ ਖੰਘ ਤੇ ਜ਼ੁਕਾਮ ਆ, ਮੈਨੂੰ ਵਧੀਆ ਜੀ ਕੋਈ ਦਵਾਈ ਦੇ ਦੇ। ਅੱਛਾ ਜੀ, ਤੇ ਕਦੋਂ ਦੀ ਆਉਣ ਲਈ ਖੰਘ ਤਾਂ? ਬੜੇ ਚਿਰ ਦੀ ਆ। ਨਹੀਂ, ਕੱਲ ਪਰਸੋਂ ਦੀ ਆਉਂਦੀ ਆ। ਤੇ ਗਲਾ ਦਰਦ ਨਹੀਂ ਹੁੰਦਾ? ਨਹੀਂ। ਅੱਛਾ, ਕੱਲਾ ਖੰਘ ਤੇ ਜ਼ੁਕਾਮ ਹੀ ਆ? ਇਹਦੇ ਲਈ ਤਾਂ ਮੈਂ ਦੋ ਖੁਰਾਕਾਂ ਬਣਾ ਕੇ ਦਿੰਦਾ ਮੇਰੀਆਂ ਤੁਹਾਨੂੰ ਮੈਂ, ਤੇ ਇੱਕ ਸਵੇਰੇ ਖਾਣੀ ਇੱਕ ਸ਼ਾਮ ਨੂੰ, ਤੇ ਫਿਰ ਆ ਕੇ ਮੈਨੂੰ ਦੱਸਿਓ ਠੀਕ ਆ ਵੀ ਤੁਹਾਨੂੰ ਕਿੱਦਾਂ ਦਾ ਹੈ ਨਾ, ਦੱਸਿਓ ਆ ਕੇ। ਫਿਰ ਜੇ ਨਾ ਠੀਕ ਹੋ ਫਿਰ ਆਪਾਂ ਦਵਾਈ ਚੇਂਜ ਕਰ ਸਕਦੇ। ਆ ਲਓ ਦਵਾਈ, ਤੇ ਬਾਕੀ ਫਿਰ ਕੱਲ੍ਹ ਆ ਕੇ ਦੱਸ ਦਿਓ, ਜੇ ਨਾ ਠੀਕ ਹੋ ਫਿਰ ਆਪਾਂ ਦਵਾਈ ਚੇਂਜ ਕਰਕੇ ਦੇ ਦਿੰਦੇ ਤੁਹਾਨੂੰ ਠੀਕ ਆ? ਹਾਂ ਚਲੋ ਠੀਕ ਆ। ਸਾਹ ਲੈ ਜੋਰ ਜੀ, ਸਾਹ ਲੈ। ਬਸ ਬਸ ਠੀਕ ਆ। ਇਹ ਨਾ ਮੈਨੂੰ ਲੱਗ ਰਿਹਾ ਵਾ ਕਿ ਇਹਨੂੰ ਕੋਰੋਨਾ ਵਾਇਰਸ ਦੇ ਲੱਛਣ ਜੇ ਮੈਨੂੰ ਲੱਗ ਰਿਹਾ। ਸਭ ਹੋ ਗਏ ਕੋਰੋਨਾ ਵਾਇਰਸ, ਇਹਨਾਂ ਚਾਈਨਾ ਤੋਂ ਆਇਆ ਵਾ, ਮਤਲਬ ਉਹਨਾਂ ਨੇ ਕੋਈ ਗਲਤ ਚੀਜ਼ਾਂ ਖਾਣ ਨਾਲ, ਜਿਵੇਂ ਉਹਨਾਂ ਕੋਈ ਚਾਮ ਕੜੇਕ ਜਾਂ ਸੱਪ ਦਾ ਦਿਮਾਗ ਵਗੈਰਾ ਕੁਛ ਖਾ ਲਿਆ, ਸੁਣੀਆਂ ਸੁਣਾਈਆਂ ਗੱਲਾਂ ਵੀ ਇੰਨਾ ਪਤਾ ਨਹੀਂ ਹੈ। ਉਹਦੇ ਤੋਂ ਮੈਨੂੰ ਲੱਗਦਾ ਵੀ ਜਿਹੜਾ ਵਾਇਰਸ ਇਹਨੂੰ ਨਾ, ਉਹਦੇ ਮੈਨੂੰ ਲੱਛਣ ਲੱਗ ਗਏ ਵਾਇਰਸ ਦੇ। ਇਲਾਜ ਤਾਂ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ, ਬਾਕੀ ਦੇਖਦਾ ਮੈਂ ਥੋੜ੍ਹੇ ਜਿਹੇ ਨਾ ਡਾਕਟਰ ਸਾਹਿਬ ਨਾਲ ਗੱਲ ਕਰਕੇ ਦੇਖਦਾ ਵਾ। ਚਲੋ ਬੈਠ ਜਾਓ ਤੁਸੀਂ ਇੱਕ ਮਿੰਟ, ਮੈਂ ਇਹਦੇ ਲਾਗੇ ਬੈਠ ਜਾਓ, ਅਤੇ ਮੈਂ ਗੱਲ ਕਰਕੇ ਮਾੜੀ ਫੋਨ 'ਤੇ ਇਹਦੇ ਕਰਦਾ। ਹੈਲੋ, ਹਾਂਜੀ ਡਾਕਟਰ ਸ਼ੁਕਲਾ ਜੀ। ਹਾਂਜੀ ਹੋਰ ਡਾਕਟਰ ਸਾਹਿਬ, ਕੀ ਹਾਲ? ਡਾਕਟਰ ਸਾਹਿਬ ਮੇਰੇ ਤੋਂ ਨਾ ਇੱਕ ਪੇਸ਼ੈਂਟ ਆਇਆ ਵਾ, ਅਤੇ ਮੈਨੂੰ ਥੋੜ੍ਹਾ ਬਹੁਤਾ ਲੱਗ ਰਿਹਾ ਜਿਵੇਂ ਕਰੋਨਾ ਵਾਇਰਸ ਦੇ ਲੱਛਣ ਵੀ ਹੁਣ ਲੱਗਦੇ ਪਏ ਆ, ਅਤੇ ਕੀ ਕਰੀਏ ਹੁਣ ਆਪਾਂ, ਮਤਲਬ ਕੋਈ ਇਲਾਜ ਦੱਸੋ। ਮੇਰੇ ਕੋਲ ਪਹਿਲਾਂ ਹੀ ਪੇਸ਼ੈਂਟ ਆਏ। ਅੱਛਾ ਡਾਕਟਰ ਸਾਹਿਬ, ਅੱਛਾ ਜੀ ਠੀਕ ਹੈ ਠੀਕ ਹੈ, ਮਤਲਬ ਕੋਈ ਇਲਾਜ ਅਜੇ ਤਾਂ ਹੈ ਨਹੀਂ ਆ। ਚਲੋ ਫਿਰ ਮੈਂ ਆਪਣੇ ਵੱਲੋਂ ਦਵਾਈ ਦਿੰਦਾ ਵਾ, ਅਤੇ ਬਾਕੀ ਦੇਖਦੇ ਹਾਂ। ਚਲੋ ਠੀਕ ਹੈ ਡਾਕਟਰ ਸਾਹਿਬ, ਧੰਨਵਾਦ, ਥੈਂਕ ਯੂ, ਧੰਨਵਾਦ। ਵੇਖੋ ਜੀ ਗੱਲ ਏਦਾਂ ਵਾ, ਅਜੇ ਇਹਦਾ ਇਲਾਜ ਕੋਈ ਆਪਣੇ ਇਹਦਾ ਹੈ ਨਹੀਂ ਆ, ਅਤੇ ਫਿਰ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਦਵਾਈ ਦੇਣਾ ਵਾ। ਅਤੇ ਇੱਕ ਬਾਕੀ ਜਿੱਦਾਂ ਤੁਹਾਨੂੰ ਪਤਾ ਹੀ ਆ, ਪੇਂਡੂ ਇਲਾਜ ਦਾ ਪਿਛਲੇ ਵੀ ਬੀਬੀਆਂ ਨੇ ਸ਼ੁਰੂ ਕੀਤਾ ਸੀ ਮੁਸ਼ਕਪੁਰ ਦੀਆਂ ਟਿੱਕੀਆਂ ਵਾਲਾ ਇਲਾਜ, ਅਤੇ ਆਪਾਂ ਉਹ ਮੁਸ਼ਕਪੁਰ ਦੀਆਂ ਟਿੱਕੀਆਂ ਦੀਆਂ ਕੱਛਾਂ 'ਚ ਰੱਖੋ, ਦੋਵੇਂ ਰਾਤ ਨੂੰ ਰੱਖ ਦਿਆ ਕਰੋ। ਅਤੇ ਬਾਕੀ ਹੁਣ ਮੈਂ ਤੁਹਾਨੂੰ ਦਵਾਈ ਦਿੰਦਾ ਆਪਣੇ ਨੂੰ ਕੁਛ, ਅਤੇ ਇਹਨੂੰ ਇੱਕ ਖੁਰਾਕ ਹੁਣ ਖਵਾਓ, ਇੱਕ ਰਾਤ ਨੂੰ ਖਵਾਓ ਠੀਕ ਆ। ਬਾਕੀ ਜਿਹੜੀਆਂ ਮੁਸ਼ਕਪੁਰ ਦੀਆਂ ਤੁਹਾਨੂੰ ਮੈਂ ਟਿੱਕੀਆਂ ਦੱਸੀਆਂ ਵਾ, ਉਹ ਇਹਦੀਆਂ ਕੱਛਾਂ 'ਚ ਰੱਖੋ, ਰਾਤ ਨੂੰ ਸੌਣ ਲੱਗੀਆਂ ਠੀਕ ਆ। ਜੇ ਜ਼ਿਆਦਾ ਪ੍ਰੋਬਲਮ ਆਇਆ ਮੈਨੂੰ ਕਾਲ ਕਰ ਲਿਓ, ਕੋਈ ਗੱਲ ਨਹੀਂ ਮੈਂ ਆ ਜੂੰਗਾ। ਆ ਲਓ ਇੱਥੇ ਮੁਸ਼ਕਪੁਰ ਦੀਆਂ ਟਿੱਕੀਆਂ ਮੇਰੇ ਕੋਲ ਹੈ ਵੀ ਸੀ, ਆ ਲਓ ਮੁਸ਼ਕਪੁਰ ਦੀਆਂ ਟਿੱਕੀਆਂ, ਰਾਤ ਨੂੰ ਇਹਦੇ ਕੱਛਾਂ 'ਚ ਰੱਖ ਦਿਓ। ਅਤੇ ਬਾਕੀ ਤੁਹਾਨੂੰ ਮੈਂ ਪੀਣ ਵਾਲੀ ਦਵਾਈ ਦਿੰਦਾ, ਚਮਚੇ ਹੁਣ ਦਿਓ, ਚਮਚੇ ਨੂੰ ਰਾਤ ਨੂੰ ਦਿਓ ਜੇ ਜ਼ਿਆਦਾ ਲੋੜ ਪਵੇ, ਇੱਕ ਖੁਰਾਕ ਹੋਰ ਦੇ ਦਿਓ ਠੀਕ ਆ। ਦੇਸੀ ਇਲਾਜ ਦੱਸਿਆ ਮੁਸ਼ਕਪੁਰ ਵਾਲੇ ਟਿੱਕੀਆਂ, ਕਹਿਤਾ ਸੀ ਚਾਰ ਘੰਟੇ ਹੋ ਗਏ ਵੈਸੇ, ਜਿੱਦਾਂ ਉਹਨਾਂ ਦੀ ਕੋਈ ਕਾਲ ਨਹੀਂ ਆਈ ਐਮਰਜੈਂਸੀ ਜਾਂ ਕੁਛ ਵੀ, ਉਹਨਾਂ ਨੂੰ ਮੈਂ ਕਿਹਾ ਕਿ ਐਮਰਜੈਂਸੀ ਹੁੰਦੀ ਹੈ ਕਾਲ ਕਰ ਦਿਓ। ਬਾਕੀ ਚਲੋ ਵੇਹਨੇ ਹਾਂ, ਹੋ ਸਕਦਾ ਇਲਾਜ ਆਪਣਾ ਸਫਲ ਹੋ ਹੀ ਜਾਵੇ। ਹਾਂਜੀ ਚਲੋ ਠੀਕ ਆ, ਫਿਰ ਕਰਦਾ ਮੈਂ ਫੋਨ ਤੁਹਾਨੂੰ, ਚਲੋ ਠੀਕ। ਮੁਸ਼ਕਪੁਰ ਦੀਆਂ ਟਿੱਕੀਆਂ ਵਾਲਾ ਕੀਤਾ, ਮੈਂ ਮੁਸ਼ਕਪੁਰ ਦੀਆਂ ਟਿੱਕੀਆਂ ਰੱਖੇ ਹੋ,
ਫਿਰ ਉਹ ਕਰੋ ਨਾ ਜਾਓ ਹੁਣ ਇਹਦੇ ਉਹ ਮੁਸ਼ਕਪੂਰ ਦੀਆਂ ਟਿੱਕੀਆਂ ਉਹਦੇ ਰੱਖੋ ਤੇ ਫਿਰ ਸਵੇਰੇ ਆ ਕੇ ਦੱਸੋ ਜੇ ਰਾਤ ਲੋੜ ਪੈਂਦੀ ਆ ਤਾਂ ਹੀ ਮੈਨੂੰ ਫੋਨ ਕਰ ਦਿਓ ਠੀਕ ਆ ਹਾਂ ਚਲੋ ਠੀਕ ਆ ਫਿਰ ਸਵੇਰੇ ਆ ਕੇ ਮੈਨੂੰ ਦੱਸੋ ਜੇ ਰਾਤ ਲੋੜ ਪਊਗੀ ਮੈਨੂੰ ਜਲਦੀ ਫੋਨ ਕਰ ਦਿਓ ਮੈਂ ਹੋਸਪਿਟਲ ਗੱਲ ਕੀਤੀ ਹੋਈ ਹੈ ਚਲੋ ਠੀਕ ਆ ਓਕੇ ਅੱਗੇ ਨੂੰ ਵੈਸੇ ਫਰਕ ਲੱਗਦਾ ਪਿਆ ਵਾ ਮੈਨੂੰ ਚੈੱਕ ਕਰ ਲਈਏ ਸਾਹ ਲੈ ਮਾੜਾ ਉਹ ਚ ਲੈ ਸਾਹ ਅੱਗੇ ਨੂੰ ਤਾਂ ਠੀਕ ਹੀ ਲੱਗਦਾ ਪਿਆ ਮੈਨੂੰ ਬਿਮਾਰੀ ਆ ਉਹ 100% ਹੀ ਆ ਮਤਲਬ ਖਤਮ ਹੀ ਆ ਹੁਣ ਸਮਝ ਲਓ ਚਲੋ ਆਪਣਾ ਵਧੀਆ ਫਾਰਮੂਲਾ ਮੁਸ਼ਕਪੂਰਾ ਕਰਤਾ ਨੀ ਤੁਸੀਂ ਚਲੋ ਵਧੀਆ ਉਹ ਫਾਰਮੂਲਾ ਆਪਣਾ ਕੰਮ ਕਰ ਗਿਆ ਹੁਣ ਆ ਥੋੜੀ ਜਿਹੀ ਦਵਾਈ ਆ ਇੱਕ ਖੁਰਾਕ ਇਹਨੂੰ ਦੇ ਦਿਓ ਇੱਕ ਰਾਤ ਨੂੰ ਦੇ ਦਿਓ ਉਹਦੇ ਨਾਲ ਠੀਕ ਹੋ ਜੂਗਾ ਸਾਰਾ ਠੀਕ ਆ ਜੀ ਆ ਲੈ ਲਓ ਦਵਾਈ ਡਾਕਟਰ ਸਾਹਿਬ ਫੀਸ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਆ ਵਾਹਿਗੁਰੂ ਦੀ ਇੰਨੀ ਬੜੀ ਕਿਰਪਾ ਵਾ ਕਿ ਪੇਸ਼ੈਂਟ ਠੀਕ ਹੋ ਗਿਆ ਨਾਲੇ ਪਹਿਲਾਂ ਹੀ ਪੇਸ਼ੈਂਟ ਸੀ ਮੇਰਾ ਵੀ ਇਹ ਜਿਹੜਾ ਵੈਰਸ ਵਾਲਾ ਅਤੇ ਬਾਕੀ ਮੁਸ਼ਕਪੂਰ ਵਾਲੀ ਟਿੱਕੀ ਵਾਲਾ ਫਾਰਮੂਲਾ ਕੰਮ ਕਰ ਗਿਆ ਮੈਨੂੰ ਆਪ ਨੂੰ ਬਹੁਤ ਖੁਸ਼ੀ ਆ ਅਤੇ ਪੈਸਿਆਂ ਦੀ ਕੋਈ ਲੋੜ ਨਹੀਂ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਡਾਕਟਰ ਸ਼ੁਕਲਾ ਜੀ ਕੀ ਹਾਲ ਦੇ ਹੋਰ ਅਤੇ ਆਪਣਾ ਉਹ ਪੇਸ਼ੈਂਟ ਕੱਲ੍ਹ ਤਾਂ ਨਵੇਂ ਦੀ ਗੱਲ ਹੋਈ ਸੀ ਨਾ ਕਰੋਨਾ ਵਾਇਰਸ ਵਾਲਾ ਉਹ ਕਰ ਗਿਆ ਆਪਣਾ ਮਤਲਬ ਵਧੀਆ ਹੁਣ ਪੇਸ਼ੈਂਟ ਆਇਆ ਸੀ ਹੁਣ ਮੇਰੇ ਕੋਲ ਠੀਕ ਆ ਬਿਲਕੁਲ ਹੀ ਮੁਸ਼ਕਪੂਰ ਦੀਆਂ ਟਿੱਕੀਆਂ ਵਾਲਾ ਕਰ ਗਿਆ ਆਪਣਾ ਕੰਮ ਫਾਰਮੂਲਾ ਅਤੇ ਵਧੀਆ ਰਿਹਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਹੈਲਪ ਕੀਤੀ ਇੰਨੀ ਚਲੋ ਠੀਕ ਆ ਫਿਰ ਓਕੇ ਜੀ ਓਕੇ ਡਾਕਟਰ ਸਾਹਿਬ